ਅਸਲਾਮ ਅਲੈਕੁਮ, ਸਤਿ ਸ਼੍ਰੀ ਅਕਾਲ, ਨਮਸਕਾਰ ਦੋਸਤੋ। ਅੱਜ ਦਾ ਵਿਲਾਗ, ਅੱਜ ਦਾ ਵਿਜ਼ਿਟ ਬਹੁਤ ਖਾਸ ਹੈ। ਅੱਜ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਪਾਕ ਇੰਡੀਆ ਬਾਰਡਰ 'ਤੇ, ਔਰ ਸਾਡੀ ਕੋਸ਼ਿਸ਼ ਹੋਏਗੀ ਕਿ ਤੁਹਾਨੂੰ ਜ਼ੀਰੋ ਲਾਈਨ ਦੇ ਉੱਪਰ ਲੈ ਜਾਈਏ ਔਰ ਤੁਹਾਨੂੰ ਦਿਖਾਈਏ ਕਿ ਇੰਡੀਅਨ ਸਾਈਡ ਦੀ ਜ਼ਿੰਦਗੀ ਕੀ ਹੈ ਔਰ ਪਾਕਿਸਤਾਨੀ ਜਿਹੜਾ ਸਾਈਡ ਹੈ ਉਸ ਸਾਈਡ ਦੀ ਜ਼ਿੰਦਗੀ ਕੀ ਹੈ। ਦੋਨੋਂ ਸਾਈਡਾਂ 'ਤੇ ਪੰਜਾਬ ਹੈ ਜਿੱਥੇ ਅਸੀਂ ਜਾ ਰਹੇ ਹਾਂ, ਔਰ ਅਸੀਂ ਤੁਹਾਨੂੰ ਉੱਥੇ ਪਹੁੰਚ ਕੇ ਦੱਸਦੇ ਹਾਂ ਕਿ ਅਸੀਂ ਕਿੱਥੇ ਜਾ ਰਹੇ ਹਾਂ ਔਰ ਤੁਹਾਨੂੰ ਕੀ ਦਿਖਾਉਣ ਲੱਗੇ ਹਾਂ। ਲਓ ਦੋਸਤੋ, ਅਸੀਂ ਕਰੀਬ ਤਰੀਨ ਪਹੁੰਚੇ ਆਏ ਹਾਂ, ਔਰ ਡਿਫੈਂਸ ਲਾਈਨ ਜਿਹੜੀ ਹੈ ਅਸੀਂ ਪਹਿਲੀ ਉਹ ਕ੍ਰਾਸ ਕਰ ਲਈ ਹੈ, ਔਰ ਉਸ ਤੋਂ ਅੱਗੇ ਹਨ, ਔਰ ਬੜੀ ਸਾਨੂੰ ਖੁਸ਼ੀ ਹੋ ਰਹੀ ਕਿ ਚਾਰ ਚੁਫੇਰੇ ਬੜੇ ਹਰੇ ਭਰੇ ਮੰਜ਼ਰ ਹਨ ਅਤੇ ਕਰੀਬ ਹੀ ਅਸੀਂ ਪਹੁੰਚ ਗਏ ਹਾਂ। ਜੁੜੇ ਰਹਿਣਾ ਸਾਡੇ ਨਾਲ। ਜੀ ਦੋਸਤੋ, ਇਹ ਹੈ ਇੰਡੀਅਨ ਪੰਜਾਬ ਦਾ ਏਰੀਆ ਜੋ ਤੁਸੀਂ ਦੇਖ ਰਹੇ ਹੋ। ਵਾੜ ਦੇ ਪਰਲੇ ਪਾਸੇ ਅਤੇ ਵਾੜ ਦੇ ਉਰਲੇ ਪਾਸੇ ਦੋਨੋਂ ਸਾਈਡਾਂ ਇੰਡੀਅਨ ਪੰਜਾਬ ਦੀਆਂ ਹਨ, ਔਰ ਇਹ ਚੌਕੀ ਜੋ ਤੁਸੀਂ ਦੇਖ ਰਹੇ ਹੋ ਇਹ ਇੰਡੀਅਨ ਪੰਜਾਬ ਦੇ ਅੰਦਰ ਜਿਹੜੀ ਇੰਡੀਅਨ ਰੇਂਜਰ ਦੀ ਹੈ ਉਹ ਚੌਕੀ ਹੈ, ਔਰ ਦੋਨੋਂ ਸਾਈਡ ਦੇ ਮੰਜ਼ਰ ਬੜੇ ਹੀ ਭਲੇ ਮੰਜ਼ਰ ਜੋ ਤੁਸੀਂ ਦੇਖੇ ਜਾ ਰਹੇ ਹੋ। We'll be right back.
ਇਸ ਟਾਈਮ ਅਸੀਂ ਗੁੰਮ ਗੁਮਾ ਕੇ ਅਤੇ ਬਿਲਕੁਲ ਜ਼ੀਰੋ ਲਾਈਨ 'ਤੇ ਤੁਸੀਂ ਸਾਡੀ ਅੱਖਾਂ 'ਚੋਂ ਮੰਜ਼ਰ ਦੇਖ ਸਕਦੇ ਹੋ ਕਿ ਫਰਕ ਸਿਰਫ ਇਹ ਬਸ ਇੱਕ ਬੰਨੇ ਦਾ ਹੈ, ਇੱਕ ਜ਼ਮੀਨ ਦਾ ਹੈ। ਬਾਕੀ ਇਸ ਸਾਈਡ 'ਤੇ ਵੀ ਉਸੇ ਤਰੀਕੇ ਦੀਆਂ ਫਸਲਾਂ, ਉਸ ਸਾਈਡ 'ਤੇ ਵੀ ਉਹੀ ਫਸਲਾਂ ਲੱਗ ਰਹੀਆਂ, ਔਰ ਇਸ ਸਾਈਡ 'ਤੇ ਵੀ ਪੰਜਾਬ, ਉਸ ਸਾਈਡ 'ਤੇ ਵੀ ਪੰਜਾਬ। ਸੋ ਇਸ ਸਾਈਡ 'ਤੇ ਵੀ ਬਾਰਿਸ਼ ਆਈ, ਉਸ ਸਾਈਡ 'ਤੇ ਵੀ ਬਾਰਿਸ਼ ਆਈ, ਅਤੇ ਫਰਕ ਜਿਹੜਾ ਹੈ ਉਹ ਰਿਆਸਤਾਂ ਦਾ ਹੈ ਔਰ ਇਹਨਾਂ ਸਰਹੱਦਾਂ ਦਾ ਹੈ, ਬਾਕੀ ਸਭ ਕੁਝ ਸੇਮ ਹੈ। ਅਤੇ ਵੇਖ ਕੇ ਅਸੀਂ ਬੈਠੇ ਹਾਂ, ਬੜਾ ਅੱਛਾ ਲੱਗਾ ਅਕਾਸ਼ ਕੇ ਇੱਕ ਜਿਹੜੀ ਜਿਹੜੇ ਇਹਨਾਂ ਰਿਆਸਤਾਂ ਨੂੰ ਲੈ ਕੇ ਚੱਲ ਰਹੇ ਹਨ, ਜਿਹੜੇ ਇਹਨਾਂ ਰਿਆਸਤਾਂ ਦੇ ਵੱਡੇ ਹਨ, ਇੱਕ ਉਹਨਾਂ ਦੇ ਅੱਗੇ ਸਾਰੀ ਬੇਨਤੀ ਅਪੀਲ ਉਹ ਇਹ ਹੈ ਕਿ ਥੋੜ੍ਹਾ ਜਿਹਾ ਬਾਰਡਰਾਂ ਨੂੰ ਨਰਮ ਕਰਤਾ ਜਾਵੇ, ਤਾਂ ਕਿ ਇਹ ਇਤਨਾ ਨਾ ਹੋਵੇ ਕਿ ਇੱਧਰ ਦੁਸ਼ਮਣਾਂ ਦਾ ਮੁਲਕ, ਉੱਧਰ ਦੁਸ਼ਮਣਾਂ ਦਾ ਮੁਲਕ। ਜੇ ਦੁਸ਼ਮਣੀ ਅਸੀਂ ਥੋੜ੍ਹੀ ਜਿਹੀ ਘਟਾ ਦੇਈਏ ਤਾਂ ਉੱਧਰ ਦੇ ਲੋਕ ਵੀ ਸੌਖੇ ਅਤੇ ਇੱਧਰ ਦੇ ਲੋਕ ਵੀ ਸੌਖੇ। ਔਰ ਅੱਜ ਦਾ ਜਿਤਨਾ ਸਾਡਾ ਟੋਟਲ ਵਿਜ਼ਿਟ ਸੀ ਉਹਦੇ ਅੰਦਰ ਜੋ ਅਸੀਂ ਦੇਖਿਆ ਹੈ ਉਹ ਇਹੀ ਹੈ ਕਿ ਉੱਧਰ ਵੀ ਮਜ਼ਦੂਰ ਵਿਚਾਰੇ ਆਪਣੀ ਮਜ਼ਦੂਰੀ ਕਰਕੇ ਖਾਂਦਾ ਹੈ, ਇੱਧਰ ਵੀ ਮਜ਼ਦੂਰ ਆਪਣੀ ਮਜ਼ਦੂਰੀ ਕਰਕੇ ਖਾ ਰਹੀ ਹੈ। ਅਤੇ ਫਿਰ ਇੱਕ ਦੋ ਨਾਵਾਂ ਦਾ ਹੈ, ਉੱਧਰ ਇੰਡੀਆ ਇੱਧਰ ਪਾਕਿਸਤਾਨ, ਔਰ ਜਿਹੜਾ ਵੰਡ ਕੇ ਬਣਾਇਆ ਗਿਆ ਖਾਸ ਕਰ ਇੱਥੇ ਜਿੱਥੇ ਅਸੀਂ ਵੇਖਿਆ ਉਹ ਪੰਜਾਬ ਹੀ ਬਣਾਇਆ ਗਿਆ। ਸੋ ਕੋਈ ਨਫ਼ਰਤ ਨਹੀਂ ਕਿਸੇ ਨਾਲ, ਕੋਈ ਹਕਾਰਤ ਨਹੀਂ ਹੈ, ਸਭ ਪਿਆਰ ਮੁਹੱਬਤ ਨਾਲ ਰਹੋ, ਅਮਨ ਨਾਲ ਰਹੋ, ਇਹੀ ਪੈਗਾਮ ਦਿਓ। ਉਹ ਖਾਸ ਕਰ ਇਸ ਤਰ੍ਹਾਂ ਦੇ ਏਰੀਆਜ਼ ਦੇ ਵਿੱਚ ਜਦੋਂ ਤੁਸੀਂ ਆਉਂਦੇ ਹੋ ਤਾਂ ਤੁਹਾਨੂੰ ਇਹ ਲੱਗਦਾ ਹੈ ਕਿ ਯਾਰ ਇਹ ਜਿਹੜੀਆਂ ਵੰਡੀਆਂ ਹਨ ਇਹ ਬਿਲਕੁਲ ਠੀਕ ਹੈ। ਅਸੀਂ ਮੰਨਦੇ ਹਾਂ ਸਰਹੱਦਾਂ, ਜਿਹੜੇ ਡੇਢ ਅਰਬ ਲੋਕ ਹਨ ਇੱਧਰ ਦੇ, ਕਰੋੜਾਂ ਲੋਕ ਹਨ ਉੱਧਰ ਦੇ ਲੋਕ ਹਨ, ਇਹ ਸਾਰਾ ਆਪਣੀਆਂ ਆਪਣੀਆਂ ਸਰਹੱਦਾਂ ਕਾਇਮ ਰਹਿਣ, ਲੇਕਿਨ ਅਸੀਂ ਪਿਆਰ ਦੇ ਨਾਲ ਵੀ ਰਹਿ ਸਕਦੇ ਹਾਂ, ਮੁਹੱਬਤ ਦੇ ਨਾਲ ਵੀ ਰਹਿ ਸਕਦੇ ਹਾਂ, ਇੱਕ ਦੂਸਰੇ ਨੂੰ ਇੱਜ਼ਤ ਦੇ ਕੇ ਵੀ ਰਹਿ ਸਕਦੇ ਹਾਂ। ਸੋ ਇਸੇ ਅਪੀਲ ਦੇ ਨਾਲ ਇਜਾਜ਼ਤ ਦਿਓ, ਫਿਰ ਮਿਲਾਂਗੇ ਕਿਸੇ ਇਸੇ ਹੀ ਵਿਜ਼ਿਟ ਦੇ ਨਾਲ, ਇਸੇ ਹੀ ਵਿਲਾਗ ਦੇ ਨਾਲ। ਬਹੁਤ ਸ਼ੁਕਰੀਆ ਤੁਹਾਡਾ ਸਰ।